ਰੱਬ ਵਸਦਾ ਨਾਹਾਂ ਨੀਂਦ ਦੇ ਖੋਟੇ ਜੀ ਪਿੱਛੇ ਦੇਖ ਕੇ ਤੁਹਾਨੂੰ ਵੀ ਇਹੀ ਮਹਿਸੂਸ ਹੋ ਰਿਹਾ ਹੋਣਾ ਦਿਲ ਵਿੱਚ ਰੱਬ ਵਸਦਾ ਨਾਹਾਂ ਨੀਂਦ ਦੇ ਖੋਟੇ ਜੀ ਦੇਖ ਲਓ ਇਹਨਾਂ ਸਾਰਿਆਂ ਨੂੰ ਫਿਰ ਤੋਂ ਤੁਸੀਂ ਇਹੀ ਕਹੋਗੇ ਦਿਲ ਵਿੱਚ ਰੱਬ ਵਸਦਾ ਨਾਹਾਂ ਨੀਂਦ ਦੇ ਖੋਟੇ ਜੀ ਉਜ ਸੁਭਾਅ ਤੋਂ ਕਹੂੰਗਾ ਪਰ ਜੇ ਅੜ ਗਏ ਫੇਰ ਆ ਮੈਂਟਲ ਝੋਟੇ ਜੀ ਜੇ ਅੜ ਗਏ ਫੇਰ ਆ ਮੈਂਟਲ ਝੋਟੇ ਜੀ ਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ਪੁਰੀ ਤੁਸੀਂ ਸ਼ਹਿਰ ਤੋਂ ਨਜ਼ਰ ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਆਹ ਅੱਜ ਦੇ ਸਟਾਰ ਸਾਡੇ ਨਾਲ ਖੜੇ ਨੇ ਇਹ ਮੁੰਡੇ ਦੀ ਬਹੁਤ ਪ੍ਰਸ਼ੰਸਾ ਹੁੰਦੀ ਹੈ ਇਹਦਾ ਨਾਮ ਰਾਜਵੀਰ ਔਰ ਦਿਲਾਂ ਤੇ ਰਾਜ ਕੀਤਾ ਜਿਹਨੇ ਬਹੁਤ ਅੱਛਾ ਪਰਫਾਰਮੈਂਸ ਕੀਤੀ ਹੈ ਔਰ ਕਬੱਡੀ ਦੇ ਪੂਰੇ ਜੋਰ ਦਿਖਾਇਆ ਪਤਾ ਇੱਕ ਵਾਰੀ ਦੱਸ ਦੋ ਕਿ ਕਿੰਨੇ ਕੁ ਟਾਈਮ ਪ੍ਰੈਕਟਿਸ ਕਰਦੇ ਔਰ ਮਨ ਚ ਹੈ ਕੀ ਸਾਡੇ ਬਹੁਤ ਹੀ ਸੱਤਾ ਆ ਜਾਂਦਾ ਪਿੰਡ 2 ਘੰਟੇ ਪ੍ਰੈਕਟਿਸ ਕਰਦੇ ਨੇ ਹਾਂਜੀ ਹੁਣ ਉਹਨੂੰ ਕਰ ਲੈਂਦੇ ਨਹੀਂ ਕਰਦੇ ਮੈਨੂੰ ਸਾਲ ਹੋ ਗਿਆ ਪ੍ਰੈਕਟਿਸ ਔਰ ਮੈਨੂੰ ਸੋਚੀ ਕਿਹੜਾ ਕਬੱਡੀ ਪਲੇਅਰ ਕਿਹੜਾ ਫੇਵਰੇਟ ਹੈ ਸਭ ਤੋਂ ਪਾਲਾ ਜੀ ਲਾਲ ਪੁੱਛਿਆ ਪਾਲਾ ਜੀ ਲਾਲ ਦਾ ਸਟਾਈਲ ਐ ਜਿਹਾ ਫੈਕ ਪਲੇਅਰ ਵਾਲਾ ਹੀ ਆ ਜਿਹੜਾ ਇਹ ਸਟਾਈਲ ਕੀ ਦਾ ਫਾਲੋ ਕਰਦੇ ਹੋ ਜਿਨ੍ਹਾਂ ਨੇ ਫੱਟਾ ਪਾਲਾ ਇਸ ਵਾਰ ਇੱਕ ਮਿੰਟ ਦੀ ਮੁੰਡੇ ਨਾਲ ਗੱਲਤਾ ਕਰ ਲੈਂਦੋ ਇਹਨਾਂ ਨੇ ਖਿਡਾਰੀਆਂ ਨੂੰ ਉਹਦਾ ਸਟਾਈਲ ਇਹ ਹੋਰ ਕਿਹੜਾ ਪਲੇਅਰ ਵਧੀਆ ਲੱਗਦਾ ਇਹਨਾਂ ਨੇ ਇੱਕ ਬੜੀਆ ਸੋਚ ਸੋਚੀ ਹੈ ਉਹਨਾਂ ਨੇ ਸੋਚੀ ਦੁੱਲਾ ਅੱਛਾ ਉਹ ਟੀਮ ਨੇ ਤੁਹਾਡਾ ਜਿਹੜਾ ਮੈਚ ਹੈਗਾ ਉਸ ਟੀਮ ਨਾਲ ਮੈਚ ਹੈਗਾ ਤੁਹਾਡਾ ਉਹ ਚ ਕੀ ਦਾ ਪੰਗਾ ਪਿਆ ਫਿਰ ਬਈ ਬਾਕੀ ਇਹਨੇ ਪਲੇਅਰ ਵੀ ਰੈਡ ਦਾ ਤੁਸੀਂ ਜਿਹੜਾ ਤੁਹਾਨੂੰ ਜੱਫਾ ਲਾਉਣ ਦੀ ਕਿਹੜਾ ਕੋਸ਼ਿਸ਼ ਕਰਦਾ ਸੀ ਆਹ ਵਾਲਾ ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ ਸੀ ਔਖਾ ਕਿਹਦਾ ਸੀ ਜੱਫਾ ਛਡਾਉਣਾ ਕਿ ਦੇਖਣੀਆਂ ਦੇ ਸਾਹਮਣਾ ਵਾਲਾ ਕਿ ਆਪਣੇ ਤੇ ਪੂਰੀ ਜਾਨ ਹੈ ਆਪਣੇ ਕੋਲ ਭਰੋਸਾ ਸਾਹਮਣਾ ਵਾਲਾ ਪੇ ਇਹਦੇ ਫਾਦਰ ਸਾਹਿਬ ਵੀ ਬੱਚੇ ਦੇ ਕਬੱਡੀ ਪਲੇਅਰ ਸਨ ਔਰ ਇਹਨੂੰ ਪੂਰਾ ਪਿੰਡ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰਦਾ ਤਾਂ ਕਿ ਆਪਣੇ ਪਿੰਡਾਂ ਦੇ ਪੂਰਨੇ ਤੇ ਚੱਲ ਸਕੇ ਔਰ ਜੇ ਇਸੇ ਤਰੀਕੇ ਮਿਹਨਤ ਕਰਦਾ ਰਹੇ ਤਾਂ ਇੱਕ ਦਿਨ ਰਾਜਵੀਰ ਦਾ ਵੀ ਪੂਰਾ ਨਾਮ ਹੋਏਗਾ रख लिया दो जाती रख लेने उधर ना की है परमजीत सिंह हाथियां बहुत मारियां जी सपोर्ट कर दो मुंडे कल मार थापी चार कट्ठिया मुंडे ने थापी मारी आगे मोहर की लगी है प्रैक्टिस किन्नी माता पिता पासे लगता बहुत खुश है गेम नहीं छड़नी बाकी सब कुछ छड़ देना गेम नहीं छड़नी गेम कटे रहना बहुत सोहनी गेम मेरे वीर दी ਹੋਰ ਆਪ ਦਾ ਤਾਂ ਬੜਾ ਸੁਖਾ ਜਿਹਾ ਇਹਦਾ ਜਨਾਬ ਹੋਣਗੀਆਂ ਫੇਰ 47 ਦੇ ਭਾਰ ਦੇ ਕੋਲ ਸਾਹਮਣੇ ਸ਼ਕਤੀ ਦੇਖ ਲਓ 27 ਦੇਖ ਲਓ ਕਹਿੰਦੇ ਬਾਲ ਖੁਸ਼ ਹੈ ਮੈਚ ਗੇਮ ਲੱਗੇ ਖੁਸ਼ ਹੈ 27 ਦੇਖ ਲਓ ਖੁਸ਼ੀ ਹੈ ਪੂਰੀ ਅਗਲੀ ਵਾਰ ਆਉਂਗੇ ਤਿਆਰੀ ਕਰਕੇ ਆਉਂਗੇ ਅੱਜ ਜਿੱਤੇ ਤੇ ਅੱਜ ਜਿੱਤ ਕੇ ਹਾਰ ਗਏ ਆਪ ਇੱਕ ਕਲਬਾਂ ਦੀ ਅੱਜ ਦੇ ਨਾ ਕਹਿੰਦੇ ਆ ਜਾ ਬਈ ਤੇ ਨਾਲ ਕਹਿੰਦੇ 30 ਦੇਖ ਲਓ ਹੋਰ ਕੀ ਨਾਮ ਹੈ ਤੁਹਾਡਾ ਹਰਮਨ ਅੱਜ ਫਿਰ ਜਿੱਤ ਲਿਆ ਸਾਰਿਆਂ ਦਾ ਮਨ ਹਾਂਜੀ ਫਿਰ ਅੱਜ ਤੁਸੀਂ ਕੀ ਰੇਡਰ ਹੋ ਕੇ ਤਾਵੀ ਹੋ ਰੇਡਰ ਆ ਕਿੰਨੇ ਪੁਆਇੰਟ ਲੈ ਕੇ ਆਏ ਮੈਂ ਇੱਕ ਮੋੜੀ ਇੱਕ ਮੋੜੀ ਤੇ ਫਿਰ ਮੋਰੇ ਪੰਗਾ ਕਿਹਦੇ ਨਾਲ ਪਿਆ ਸੀ ਮੇਰਾ ਉਹਨਾਂ ਪਿਆ ਸੀਗਾ ਯਾਰ ਸਾਰੇ ਉਹਦੇ ਲਈ ਕਰੀ ਜਾਂਦੇ ਕਿਹੜਾ ਜਿਹੜਾ ਪੰਗਾ ਪਿਆ ਸੋਰੀ ਦੋ ਜੀ ਕਿੰਨੇ ਦਿਨ ਪ੍ਰੈਕਟਿਸ ਕਰਦੇ ਹੋ ਸਾਡੇ ਕੈਮਰਾਮੈਨ ਵੀਡੀਓ ਪਾਜੀ ਤੇ ਜੋ ਟੱਟ ਕੇ ਰਹਿਣਾ ਫਿਰ ਗੇਮ ਛੱਡਣੀ ਨਹੀਂ ਹੈ मुंडे ते सट नहीं लगी है दिखा दो मैडल है मैडल है सांभ के रखना की नाम की है वीरां दी निशानी है डाकना पैंदा मसल की
ਦੂਏ ਪਾਸੇ ਐਦਾਂ ਵੀ ਹੁੰਦਾ ਕਈ ਵੇਲੇ ਜੇ ਪੇ ਕੋਚ ਹੋਵੇ ਗਲਤੀ ਆਪਣੇ ਮੁੰਡੇ ਦੀ ਨਾ ਵੀ ਹੋਵੇ ਗਲਤੀ ਦੂਜੇ ਤੇ ਵੀ ਤਾਂ ਵੀ ਆਪਣਾ ਕੁੱਟਣਾ ਪੈਂਦਾ ਆਪਣਾ ਦਬਕਣਾ ਪੈਂਦਾ ਬਾਜੀ ਇਹ ਹੀ ਗੱਲ ਹੁੰਦਾ ਕਾਤੇ ਇਸ ਲਈ ਸਾਡੇ ਸਪਾਸਾ ਦੀ ਬਹੁਤ ਹਿੱਲ ਪਿਆ ਤੇ ਸਾਡੀ ਅੱਜ ਵੀ ਕਰੀਦਾ ਮੈਂ ਘਰ ਰੋਟੀ ਖਾਣ ਲੱਗਾ ਜਾਂ ਦੇਖਾਂ ਵੀ ਮੈਚ ਲੱਗਣ ਲੱਗਾ ਮੈਂ ਬੜੇ ਮੁੰਡੇ ਨਾਲ ਲੈ ਕੇ ਤੁਰੰਤ ਇੱਥੇ ਪਹੁੰਚੇ ਆ ਇਹ ਮੈਚ ਦੇਖਣ ਦੀ ਖਾਤਰ देखो मतलब आके आ मुंडा विदेशो पंजाबी बनाए आप कबड्डी की खातर चलो भारत एक है जी किसानी अंदोलन प्रधानमंत्री एक बार लेकिन आपने गाने लाए हो ਜੇ ਗੱਲ ਦੀ ਪ੍ਰੋਬਲਮ ਦੱਸੋ ਪ੍ਰਧਾਨਮੰਤਰੀ ਵੈਸੇ ਇੱਕ ਮਤਲਬ ਦੇਦਾ ਕੋਈ ਆ ਇਹ ਮਤਲਬ ਇਹਨਾਂ ਆਪਣੇ ਨਾਲ ਆ ਗਲੀ ਲਾਇਓ ਆ ਲੈ ਕੇ ਵੱਡੀ ਕੋਈ ਮਾਂ ਬ ਕਹਿ ਕੇ ਬੁਲਾਈਆਂ ਤੁਹਾਡੀ ਟੀਮ ਚੋਂ ਨਹੀਂ ਕੋਈ ਥਾਪੀ ਥੂਪੀ ਮਾਰ ਥਾਪੀ ਜਿਹਦਾ ਕਹੋ ਤੇ ਵੀ ਆਈ ਦੀ ਹੈ ਜਾਂ ਨਹੀਂ ਬਜਾਓ ਬਜਾਓ ਫਿਰ ਕੋਈ ਐਕਸਟਰਾ ਜੋਰ ਇਹਨਾਂ ਦਾ ਵੀ ਦਿਖਾਓ ਪੁੱਠੀ ਬਾਜੀ ਸਿੱਧੀ ਬਾਜੀ ਨਹੀਂ ਮਾਰਦਾ ਪੁੱਠੀ ਸਿੱਧੀ ਬਾਜੀ ਮਾਰਦਾ ਮੈਂ ਦਿਖਾ ਬੁੱਤ ਜੋਰ ਆ ਫਿਰ ਆਪਣਾ ਜੋਰ ਦਿਖਾ ਦੇ ਆ ਲਓ ਜੀ ਮਾਰ ਬੁੱਤ ਮਾਰ तेरा तो कह रहा ओ बल्ले ओ शाश एक और मार यूथ क्लब सहवाग गुरु जी सपोर्ट करो भाई सारे कुछ मंगा ने उनका भी जरूर जवाब राजवीर मार यार एक गल है सारे ताड़ियां मार दिया मुंडे ने चल पुत टीमा लाइन कर दो प्लीज छोटे छोटे बच्चे होर किसी का भी मिलाओ थान चकना आंदा जी लो जी ए मुंडे का नाम की है आप दसो मिलन प्रीत मिलन प्रीत बड़ा मिलापड़ा जहा मुंडा नाम मिलन प्रीत है संग दा बहुत है डैडी दे पांच बने आ अच्छा वो आप आ नहीं सकदे असी इहदे लई आई दा बे चलो कोई गल नहीं ए की है ताबी है के ए जाफी है जी जाफी है जाफी ताबी ते रेडर इक होंदे आ ए जाफी हां ए जाफी ताबी ता जाफी इक रेडर इक होने आ जाफी बखरा होना जी ए जाफी है जी जाफी है फिर इने लाया अज हां जाफी लाया बहुत बढ़िया थोड़े आ रेडर चलो दोनों टीमें आप लेंदी सी सानू इदा नहीं हुंदा इदा दा मैच बढ़िया लगे अजकल जिदा पैसे दे तौर ते चलदा रल के इन्या ने यही सिखाया वे पैसे दे ते रख के नहीं चलना बहुत खुशी हुई रोटी खान लगे घर मेरा मैं अपने पुत्र उठाया मैं उठो तो मैच लैन लगा चल चलिए चलो फाइनल मैच होने लगा चलते एक बार अपना नाम दस दो छोटे भी और छोटे छोटे बच्चे ने देख के रूह खुश हो गई है और राजवीर बहुत उत्साहित कर रहे ने सारे क्योंकि पिता भी प्लेयर सन और इस दुनिया नहीं है लेकिन असं उम्मीद करते कि राजवीर वड्डा होके अपने प्यो का नाम होर रोशन करे फाइनल मैच हाथ मिलाए जा रहे हैं पर पिछे नारे किसान मजदूर एकता दे लग रहे हैं ये बहुत खुशी वाली गल है कि इत्थे भी किसानी नू ही प्रमोट किया जा रहा है तो इधर देख लो जिससे खिलाड़ियों की जान पहचान तो बाद इसी तरह बेनती है कि सरदार मजदूर सिंह जी हुसैनपुर वो अपने विचार संघ दे के रखणगे और ये वही पुराना पंजाब याद आ रहा है ਜਿਹੜਾ ਕਦੇ ਹੋਇਆ ਕਰਦਾ ਸੀ ਹਾਂ ਸਵਾਜਪੁਰ ਦੇ ਸਾਰੇ ਮੁੰਡੇ ਆ ਜੋ ਉੱਥੇ ਜੂਤ ਕਲੱਬ ਦੀ ਬੇਨਤੀ ਹੈ ਇਸ ਤਰੀਕੇ ਅਗਰ ਸਾਰੇ ਸਪੋਰਟ ਕਰਨਗੇ ਪੰਜਾਬ ਨੂੰ ਤਾਂ ਪੰਜਾਬ ਫਿਰ ਤੋਂ ਸਪੋਰਟ ਵੀ ਆ ਜੋ ਸਾਰੇ ਹਾਲਾਂਕਿ ਚਿੜੀਆਂ ਹੁਣ ਡਿਸਪੇਅਰ ਹੋ ਗਈਆਂ ਨੇ ਸਿਟੀ ਦੇ ਵਿੱਚ ਖੜੇ ਹੈ ਪਰ ਫਿਰ ਵੀ ਜੇ ਇਦਾਂ ਮਿਹਨਤ ਕੀਤੀ ਜਾਏਗੀ ਤਾਂ ਪੰਜਾਬ ਦੀ ਕਮੇਟੀ ਵੀ ਆ ਜੋ ਵਾਲੀਬਾਲ ਦੀ ਕਮੇਟੀ ਜਿਹੜਾ ਫਲੈਗ ਸਟੇਕ ਮੈਂ ਉਹ ਲੈ ਜਾਏਗਾ ਤਾਂ ਇਧਰ ਵਿੱਕੀ ਵਿਜੇ एक बार बाई जून भी दिखा दो ये जड़े कमेंटेटर ने इन्हों की बहुत अच्छी पकड़ है और हमेशा ही निठ के बोलते ने स्वाद लिया देंगे ने यादगिरी तस्वीर दिखा दो जी बाई जूना इना वक्त रोकया रुकदा इना जोर चले तकदीर से पुलिया यादा चेते आदि ने जो नजर मारी तस्वीर की
यादगिरी तस्वीर 2021 का खेल मेला सहबाजपुर की धरती के उपर पिंड पूछा क्या पहली बार साडे पिंड च कबड्डी हो रही है। धन्यवाद है, साडा यही टारगेट रहेगा भी पिंड की कमेटी को कबड्डी का भी शौक बैठ जाए, अगली बार कबड्डी करावे। तो अज सहबाजपुर की धरती से सरदार बलजिंदर सिंह जी उन्होंने बदौलत यह जी महाकिट कबड्डी का महाकुंभ होया, उन्होंने का बहुत बहुत धन्यवाद। तो जिवें कमेंटेटर साहब ने दस्या कि पहली बार पिंड विच टूरनामेंट होया और लोगों विच उत्साह देख सकते हो, छोटे छोटे मेरे वाला फोन जिहदे कोल वी हुंदा रह गया, छोटे छोटे बच्चों की खेड में प्रफुल्लित करने की कोशिश की गई है और बच्चों ने तुसी गल भी कर ली है, खुशी बच्चों में बहुत ज्यादा सी। पर टाइगर स्पोर्ट्स कबड्डी क्लब अकैडमी दी टीम सहबाजपुर पिंड के मुंडियां नु जरूर मिलना, सानू जरूर मिल के जायो। और बाबा रेणुराज कबड्डी क्लब त्रिहेली टीम खड्डे पासे जरूर पिंड के मुंडिया मिल लेने, आओ गुरविंदर जी आओ 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 वीरे, उधर हिक्का चौड़ियां इधर टायर चौड़े, तो इन्होंने भी रंग बने इतने सहबाजपुर पिंड के मुंडे आ यार, आप तुसी उत्ते बन के बह गए राजे। देखो दर्शक किन्ने पिंड दे सारे बंदे ने नजारा लिया पूरा, इन्ने वधिया टूरनामेंट होए छड्डे गल्लां सारे मैच ऐन फस के चले ऐन पूरे। विजय एक बार दिखा दो सैनपुरी साहब की बोल रहे ने, फिर आप इधरों भी गल कंटिन्यू करांगे। नशे वाले नौजवान दी फोटो मोड़े आ जांदे सी, असीं इह उपराला कीता और असीं चाहुंदे कि विश्व नूं दिखाईए कि जोर दिखाउंदे हन, गल मौका मिलन दी आ। सो असीं नवां शहर दे विच इह उपराला करन दी कोशिश कर रहे हां कि हर खेड नूं कल इसे ही ग्राउंड विच फुटबॉल अते वॉलीबॉल दे रात 1 बजे तक टूरनामेंट होंदे रहे और समूह नगर पंचायत और नौजवानों ने रात 1 बजे तक पूरा सहयोग करके वो टूरनामेंट संपूर्ण किया। और मैं सारिआं दा इस करके रेणी है कि इन्ना उत्साह देखिया कि आसे पासे पिंडां दा भी और इस लड़ी नूं कहिंदे वी तुसीं इहनूं जारी रखो और आउण वाले दिनां दे विच ਇਹ ਕਬੱਡੀ ਦੇ ਟੂਰਨਾਮੈਂਟ ਪਿੰਡ ਚੂੜਪੁਰ ਫੇਰ ਦੁਧਾਲਾ ਔਰ ਅਸੀਂ ਇਸੇ ਤਰ੍ਹਾਂ ਹੀ ਹਰ ਵੀਕਐਂਡ ਤੇ ਇੱਕ ਇੱਕ ਟੂਰਨਾਮੈਂਟ ਆਯੋਜਿਤ ਕਰਦੇ ਜਾਵਾਂਗੇ ਔਰ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਲੋਕਲ ਟੀਮਾਂ ਜਿਹੜੀਆਂ ਆ ਸਾਨੂੰ ਕੰਟੈਕਟ ਕਰਕੇ ਤਾਂ ਕਿ ਜਿਹੜੇ ਨੌਜਵਾਨ ਬੱਚੇ ਜਿਹੜੇ ਲੋਕਲ ਪਿੰਡਾਂ ਵਿੱਚ ਖੇਡਦੇ ਉਹਨਾਂ ਨੂੰ ਵੀ ਨਾਲ ਮੌਕਾ ਮਿਲੇ ਔਰ ਇਸ ਪਿੰਡ ਦੇ ਸਹਿਯੋਗ ਨੂੰ ਦੇਖਦੇ ਹੋਏ ਸਾਡੀ ਨਰਵਾ ਟੀਮ ਦੀ ਸਮੂਹ ਟੀਮ मौजूद हैं जी पिंड के मुंडिया के नाल। अच्छा ये मुंडा मोहरे कीता है तुसी, ये स्पोक्स पर्सन है थोड़ा, कहते मौका देता जी पिंड वाले नूं। हाँ जी हाँ जी हाँ जी, बहुत बढ़िया मैच होया भाई, नजारा आ गया देख के मैच, एक नंबर दे मैच होया भाई, टीम इन्ने बढ़िया जोर खिडारी इन्ना बढ़िया जोर मार दिया छड्डे गल्ला लो भाई, इन्ना आनंद आ रहा ना तुसी देखोगे तुहाडा घर नूं जाने नूं दिल नहीं करना। अज जाणा अज घर जाणा कि इत्थे जाणा, फिर कल भी भाजी इत्थे रहे आ 3 बजे 2:30 बजे 3 बजे गए आपां सारा समान सेटिंग करके फिर उठ के आ गए रात 2:30 बजे। ਇਹ ਮੁੰਡਾ ਫੁੱਟਬਾਲ ਪਲੇਅਰ ਹੈ ਮੇਰੇ ਕੋਲ, ਹਾਂ ਜੀ ਇਹ ਫੁੱਟਬਾਲ ਦੇ ਪਲੇਅਰ ਆ ਜੀ, ਥੋੜੇ ਦਿਨਾਂ ਦੇ ਵਿੱਚ ਦੱਸੋ ਵੇ ਤੁਸੀਂ ਮੈਚ ਜਿੱਤ ਗਏ ਕਿ ਨਹੀਂ? ਫਿਰ ਅਸੀਂ ਭਾਜੀ ਸੈਮੀ ਹਾਰ ਗਏ, ਚਲੋ ਕਾਈ ਤਾਂ ਕੀਤਾ ਨਾ, ਕੋਈ ਨਹੀਂ ਭਾਈ ਜਿੱਤ ਹਾਰ ਤਾਂ ਬਣੀ ਜਾਂਦੀ, ਬਸ ਆਪਣੀ ਗੇਮ ਵਧੀਆ ਦਿਖਾਣੀ ਹੁੰਦੀ, ਮੇਨ ਗੱਲ ਇਹ ਹੁੰਦਾ ਹੈ ਸਪੋਰਟਮੈਨਸ਼ਿਪ ਦਿਖਾਣੀ ਚਾਹੀਦੀ ਬੰਦੇ ਨੂੰ ਬਸ। ਬਿਲਕੁਲ ਬਿਲਕੁਲ, ਅੱਜ ਅੱਜ ਫਿਰ ਚਿੱਟਾ ਕੁੜਤਾ ਪਜਾਮਾ ਪਾਇਆ ਕੀ ਗੱਲ? ਆਪਣੇ ਪਿੰਡ ਚ ਵੀ ਦੂਆ ਕਬੱਡੀ ਮੈਚ ਇੰਨੇ ਵਧੀਆ, ਟੋਰ ਤਾਂ ਕੱਢਣੀ ਪੈਂਦੀ ਵੇ ਹੁਣ, ਇੰਨੀ ਕੁ ਤਾਂ ਟੋਰ ਵੀ ਜ਼ਰੂਰੀ ਆ, ਟੋਰ ਜ਼ਰੂਰੀ ਆ। ਹਾਂਜੀ ਹਾਂਜੀ, ਚਲੋ ਬਹੁਤ ਚੰਗੀ ਗੱਲ ਆ, ਔਰ ਇਹ ਕਹਿੰਦੇ ਨੇ ਕਿ ਅਸੀਂ ਆਏ ਗਏ ਨਾ ਸਵਾਗਤ ਵੀ ਕੀਤਾ, ਸਾਨੂੰ ਮੌਕਾ ਮਿਲਿਆ, ਰਾਤੀ 2-3 ਵਜੇ ਤੱਕ ਇੱਥੇ ਰਹੇ ਆ। ਹਾਂਜੀ ਹਾਂਜੀ, ਫੇਰ ਸਵੇਰੇ 6 ਵਜੇ ਆ ਗਏ ਉੱਠ ਕੇ ਸਾਜਰੇ ਹੀ, ਸਾਰੇ ਦੇ ਸਹਿਯੋਗ ਨਾਲ ਹੀ ਹੁੰਦਾ, ਤੁਹਾਡਾ ਵੀ ਬਹੁਤ ਬੜਾ ਸਹਿਯੋਗ ਆ ਜਿਹੜੇ ਤੁਸੀਂ ਆਪਣਾ ਚੈਨਲ ਤੇ ਦਿਖਾਉਂਦੇ ਆ ਨਾ ਲਾਈਵ, ਤੁਹਾਡੇ ਨਾਲ ਵੀ ਬਹੁਤ ਦੁਨੀਆ ਜੋੜਦੀ ਆ,
ਦੇਖ ਰਹੀ ਆ ਲੋਕ ਇੰਨੇ ਦੇਖਦੇ ਆ ਵਧੀਆ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆਉਂਦੇ ਆ ਬਹੁਤ ਵਧੀਆ ਤੁਸੀਂ ਵੀ ਹੁਣ ਮੈਚ ਦੇਖ ਕੇ ਜਾਓ ਪ੍ਰਸ਼ਾਦਾ ਪਾਣੀ ਛੱਕ ਕੇ ਜਾਓ ਲੰਗਰ ਚੱਲਦਾ ਜੀ ਵੱਡੀ ਗੱਲ ਹੈ ਕਿ ਦੇਖੋ ਜਲੇਬੀਆਂ ਵੀ ਚੱਲਦੀਆਂ ਮਿੱਠੇ ਦਾ ਵੀ ਪ੍ਰਬੰਧ ਹੈ ਜਲੇਬੀਆਂ ਵੀ ਚੱਲਦੀਆਂ ਉਹ ਵੀ ਛੱਕ ਕੇ ਐਨ ਖਾ ਗਏ ਸਭ ਕੁਛ ਚੀਜ਼ ਪਾਣੀ ਠੰਡਾ ਸਭ ਕੁਛ ਪਸੂਲਦਾ ਇਹ ਬਾਈ ਨੂੰ ਰੱਟਾ ਤਾਂ ਨੀ ਲਵਾਇਆ ਰੱਟਾ ਰੱਟੇ ਵਾਲੇ ਕੰਮ ਨੀ ਕਰਦੇ ਅਸੀਂ हर पिंड तैयार होके जाने सानू शौक ही बहुत है कबड्डी का चर्चा करवाई हुई है आ मुंडे ने मेहनत भी लाई है मुंडा चढ़दा है और मुंडा फगदा है खेल मैदान के दूजे पास ना बाजरा चर्चा करवाई हुई है और लीग के वो तकड़े जो खेला वाला जाफी इस वे तकड़ा पॉइंट अपनी टीम के खाते जोड़ गया अली रेड पाने लिए चांगली शर्मा कहते हो गया है मेरे वीर चांगली शर्मे की अगली कबड्डी मैदान के तैयार है पंडीवान मत्था टेक के देख भी कोई चांगली में कदम पुट ले ते सामने चार जाफी बाबा प्रेम दास कबड्डी क्लब ग्रीहे की टीम के तैयार ने आ शाहपुरी राजू ने कहते अच भजागे रेडर फड़े हैं पर उधर जहाज का फैसला भी नंबर रेडर का गुरजीत आ गया आओ गुरजीत आओ गुरजीत आओ गुरजीत जिन्हें कहते अच जाफी मोटे चक चक के हमें तक लिया है आओ देखेंगे पीता पर गुरजीत की उम्र खड़ी है नंबर रेडर ने आओ हली नी रेड लैली पहलू आ गया उठी आओ कहते सामने सिले हनी खेड मैदान वजह होया हनी मुठंडिया वाला कहते भी ये मानी का वीर है जिन्हें वध के रेड पाई है भार वर्ग तो कबड्डी खेलता आ रहा है पहले खिलाड़ी भार वर्ग फिर कहते पिंड पद्धर फिर ओपन फिर क्लबा का शिंगार है मेरे वीरो आओ कहते हनी तो भोंडी का मुकाबला मेरे वीरो ਭੋਂਡੀ ਮਲ ਭੜਕਾ ਵਾਲਾ ਇਸ ਲਈ ਕੋਸ਼ਿਸ਼ ਕਰਦਾ ਤੇ ਪੁਆਇੰਟ ਇਸ ਲਈ ਤਕੜਾ ਆਪਣੀ ਟੀਮ ਦੇ ਖਾਤੇ ਵਿੱਚ ਨਾਜ਼ਰ ਗਬਰੂ ਹਨੀ ਮੁਠੜਿਆਂ ਵਾਲਾ ਜੋੜ ਆਇਆ ਸ਼ਕਰਪੁਰ ਦੀ ਧਰਤੀ ਦਾ ਕਹਿੰਦੇ ਵੀ ਜਸਮਾਨੀ ਚੁੰਬਕ ਦਾ ਵੀਰ ਇਸ ਲਈ ਸ਼ਹਿਜਾਦ ਅਲੀ ਸ਼ਹਿਜਾਦ ਅਲੀ 11 ਮੋਟਰਸਾਈਕਲਾਂ ਦਾ ਜੇਤੂ ਹੈ ਇੱਕ ਮੋਟਰਸਾਈਕਲ ਹਜੇ ਹੋਲਡ ਹੈ ਤੇ 12 ਵੀ ਜਲਦ ਕਲੀਅਰ ਹੋਵੇਗਾ ਮੇਰੇ ਵੀਰੋ ਸ਼ਹਿਜਾਦ ਅਲੀ ਤਕੜਾ ਪੁਆਇੰਟ ਜੋੜ ਗਿਆ ਲੈ ਵੀ ਪਤੜਾਂ ਵਾਲਿਆ ਵਿੱਕੀ ਆ ਗਿਆ ਖਬਰ ਲਓ ਜਾਗਪੁਰੀ ਆ ਵਿੱਕੀ ਕਬੱਡੀ ਪਾਉਣ ਲਈ ਮੈਦਾਨ ਦੇ ਵਿੱਚ ਵੱਧ ਚੁੱਕੇ ਹੈ ਸਾਹਮਣੇ ਚਾਰ ਖਿਡਾਰੀ ਤਿਆਰ ਨੇ ਆਓ ਚਾਰਾਂ ਦੇ ਵਿੱਚ ਹੁਣ ਕਿਹੜਾ ਮਾਈ ਦਾ ਲਾਲ ਕਰੂ ਕਮਾਲ ਪਰ ਨੌਜਵਾਨ ਜਾਗਪੁਰੀ ਆ ਜ਼ਿਲ੍ਹੇ ਲੁਧਿਆਣੇ ਦੇ ਪਿੰਡ ਵਾਲਾ ਵਿੱਕੀ ਆਪਣੀ ਟੀਮ ਦੇ ਇੱਥੇ ਅੱਕ ਦਾ ਵਾਧਾ ਕਰ ਗਿਆ ਛਾਟਵਾਂ ਸਰੀਰ ਹੈ ਜਿਵੇਂ ਸ਼ਹਿਜਾਦ ਦਾ ਤੇਲੂ ਵੀਰ ਸਰੀਰ ਜਿਹੜਾ ਉਹ ਛਾਟਵਾਂ ਹੈ ਇਸੇ ਤਰ੍ਹਾਂ ਵਿੱਕੀ ਦਾ ਸਰੀਰ ਜਿਹੜਾ ਉਹ ਛਾਟਵਾਂ ਹੈ ਅੱਜ ਦੇ ਮੇਲੇ ਤੇ ਕਿਹੜੇ ਖਿਡਾਰੀ ਤਾਪ ਦਾ ਖੇਡਦੇ ਹੈ ਇਹ ਲੋਕ ਪਤਾ ਭਾਰ ਹੋ ਕੇ ਦੇਖ ਰਹੇ ਹੈ ਆਹ ਪਿੱਛੇ ਰੇਡ ਦੇ ਸਾਹਮਣੇ ਮੁੰਡਾ ਹਿੰਮਤਪੁਰੀ ਆ ਆਹ ਮੁੰਡਾ ਹਿੰਮਤਪੁਰੀ ਆ ਨਹੀਂ ਜਫਾ ਲਾ ਸਕਿਆ ਤੇ ਪੁਆਇੰਟ ਰੇਡਰ ਦਾ ਅਗਲੀ ਰੇਡ ਚਾਗਲੀ ਸ਼ਰਮੇ ਦੀ ਤੇ ਬੋਲ ਤੇ ਆਓ ਚਾਗਲੀ ਸ਼ਰਮਾ ਅਗਲੀ ਰੇਡ ਭਾਰਿਆ ਤੇ ਰਹੀ ਹੋ
बड़े पिंड की धरती का नाजन चांगली शर्मा खेड मैदान वध्या होया और राजू शाहपुरी है राजू शाहपुरी इस वेल मसिया का एरिया हूँ देखा जिम्मे मुंडा आओ ढा के हिचते बहन वाली गल करना आओ सजे खबे तालियां मार दो चांगली ली जोरदार आओ गुरजीत आओ गुरजीत आओ गुरजीत फिर कबड्डी पाने मैदान दे विच आ गया ना वागला तैयार है नाल हिम्मतपुरी प्रदीप नाल कहिंदे हिम्मतपुरी काका आए मुंडा टले वाली पीता जो समय गुरजीत ने डक पाउण दी कोशिश करदा पर गुरजीत ने ताड़िया मार दो एक बार जोरदार अज मुंडे ने सिरे दियां रेडा पाइया मेरी वीर एन अपने शरीर का जोर दिखाया झोटे नहीं जान वाला गुरजीत अज सिरा करवा गया मेरी वीर आ वेखांगे खेड मैदान के मथड़िया ने धरती का हदी वध्या होया आ देखांगे पैंदी रेड ते भोंडी